ਡੇਰਾ ਬਾਬਾ ਨਾਨਕ ਤੋਂ ਅੱਜ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ। ਕੈਪਟਨ ਨੇ ਦੱਸਿਆ ਕਿ ਸੰਗਤਾਂ ਹੁਣ ਬਿਨਾਂ ਵੀਜ਼ਾ ਗੁਰੂ ਘਰ ਦੇ ਦਰਸ਼ਨ ਕਰ ਸਕਣਗੀਆਂ। ਮੈਂ ਧੰਨਵਾਦੀ ਹਾਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦਾ, ਜਿਨ੍ਹਾਂ ਨੇ ਇਹ ਗੱਲ ਪੂਰੀ ਕੀਤੀ ਹੈ। ਔਰ ਮੈਂ ਧੰਨਵਾਦੀ ਹਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਾਹਿਬ ਦਾ, ਇਮਰਾਨ ਖਾਨ ਜੀ ਦਾ, ਜਿਨ੍ਹਾਂ ਨੇ ਇਸ ਦੀ ਸਹਿਮਤੀ ਦਿੱਤੀ ਹੈ ਔਰ ਉਹਨਾਂ ਨੇ ਵੀ 28 ਤਰੀਕ ਨੂੰ ਉੱਥੋਂ ਆਰੰਭ ਕਰਨਾ ਪਰਲੇ ਪਾਸਿਓਂ। ਕਰਤਾਰਪੁਰ ਲਾਂਘੇ ਦੇ ਸਮਾਗਮ ਦੌਰਾਨ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸਮਾਗਮ ਵਿੱਚ ਸਿਆਸੀ ਸ਼ਖਸੀਅਤਾਂ ਤੋਂ ਇਲਾਵਾ ਧਾਰਮਿਕ ਸ਼ਖਸੀਅਤਾਂ ਵੀ ਸ਼ਿਰਕਤ ਕਰਨ ਪਹੁੰਚੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਮੰਚ ਤੇ ਹਾਜ਼ਰੀ ਲਗਵਾਈ। ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਨਹੀਂ ਚੜਿਆ। ਅਜੇ ਮੰਚ ਸੱਜਿਆ ਹੀ ਸੀ ਅਤੇ ਸਮਾਗਮ ਸ਼ੁਰੂ ਹੀ ਹੋਇਆ ਸੀ ਕਿ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਖਿੱਚ ਤੋਰ ਸ਼ੁਰੂ ਹੋ ਗਈ। ਨੀਂਹ ਪੱਥਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂ ਹੋਣ ਤੇ ਕਾਂਗਰਸ ਵੱਲੋਂ ਇਤਰਾਜ਼ ਜਤਾਇਆ ਗਿਆ। ਉਧਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਨਾਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਂ ਤੇ ਟੇਪ ਹੀ ਲਗਾ ਦਿੱਤੀ। ਮੈਂ ਇੱਕ ਚੀਜ਼ ਕਲੀਅਰ ਕਰ ਦੇਣੀ ਚਾਹੁੰਦਾ ਕਿ ਇੱਥੇ ਜਿਹੜਾ ਨੀਂਹ ਪੱਥਰ ਬਣ ਕੇ ਆਇਆ ਉਹ ਜੋ ਪ੍ਰੋਟੋਕੋਲ ਦੇ ਹਿਸਾਬ ਨਾਲ ਨਹੀਂ ਬਣਿਆ, ਉਹਦੇ 'ਚ ਸੁਖਬੀਰ ਸਿੰਘ ਉੱਤੇ ਲਿਖਿਆ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਉਹਦੇ 'ਚ ਲਿਖਿਆ ਗਿਆ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ CM। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਵੈਲਿਡਿਟੀ ਕੀ ਹੈ ਇਹਦੀ, ਕੀ ਇਹ ਚੀਜ਼ਾਂ ਆ ਸਕਦੀਆਂ? ਪੋਲੀਟੀਕਲ ਫੰਕਸ਼ਨ ਨਹੀਂ ਇਹ, ਸਰਕਾਰੀ ਉਹਦੇ 'ਚ ਸਰਕਾਰੀ ਫੰਕਸ਼ਨ ਆ। ਇਹ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਰਿਹਾ, ਵਾਈਸ ਪ੍ਰੈਜੀਡੈਂਟ ਆਫ ਇੰਡੀਆ ਪੋਲੀਟੀਕਲ ਨਹੀਂ, ਪ੍ਰੈਜੀਡੈਂਟ ਆਫ ਇੰਡੀਆ ਪੋਲੀਟੀਕਲ ਨਹੀਂ। ਜੇ ਤਾਂ ਇੱਥੇ ਆਉਂਦੇ ਪ੍ਰਾਈਮ ਮਿਨਿਸਟਰ ਸਾਹਿਬ, ਅਸੀਂ ਮੰਨ ਸਕਦੇ ਸੀ ਕਿ ਉਹ ਪੋਲੀਟੀਕਲ ਫੰਕਸ਼ਨ ਹੈ ਅਤੇ ਇਹਨਾਂ ਦਾ ਵਿੱਚ ਦੋ ਮੰਤਰੀ ਦਾ ਆਵੇ ਨਾ ਸਾਨੂੰ ਕੋਈ ਨਹੀਂ। ਅਗਰ ਮੁੱਖ ਮੰਤਰੀ ਦਾ ਸਾਬਕਾ ਮੁੱਖ ਮੰਤਰੀ ਸਾਬਕਾ ਡਿਪਟੀ CM ਦਾ ਨਾਮ ਆਏਗਾ, ਉਹਦੇ 'ਚ ਸੁਖਜਿੰਦਰ ਸਿੰਘ ਰੰਧਾਵੇ ਦਾ ਨਹੀਂ ਨਾਂ ਲਿਖਿਆ ਜਾਏਗਾ, ਮੈਂ ਆਪਣਾ ਨਾਂ ਆਪ ਕਟਾਂਗਾ। ਵਿਧਾਨ ਸਭਾ ਹਲਕਾ ਗਿੱਦੜਪਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੰਨੀ ਦਿਨੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਖੇ ਕਾਂਗਰਸ ਦੇ ਉਮੀਦਵਾਰਾਂ ਦਾ ਪ੍ਰਚਾਰ ਕਰ ਰਹੇ ਨੇ। ਇਸ ਦੌਰਾਨ ਰਾਜਾ ਵੜਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਵੋਟਰਾਂ ਨੂੰ ਪੰਜਾਬ ਆਉਣ ਤੇ ਖੰਘ ਦੀ ਦਵਾਈ ਪਿਲਾਉਣ ਅਤੇ ਵੋਟਾਂ ਨਾ ਦੇਣ ਵਾਲਿਆਂ ਦੇ ਕੁੱਤੇ ਛੱਡਣ ਦੀ ਗੱਲ ਕਹਿ ਰਹੇ ਨੇ। ਅੱਜ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਿਆ। ਰਾਜਾ ਵੜਿੰਗ ਮੁਤਾਬਕ ਉਹ ਖੁਦ ਕਦੇ ਸ਼ਰਾਬ ਨਹੀਂ ਪੀਂਦੇ, ਪਰ ਜੇਕਰ ਸ਼ਾਮ ਦੇ ਵਕਤ ਕੋਈ ਮਹਿਮਾਨ ਘਰ ਆ ਜਾਵੇ ਤਾਂ ਉਸਦੀ ਆਓ ਭਗਤ ਕਰਨੀ ਪੈਂਦੀ ਹੈ। ਲੋਕਾਂ ਉੱਤੇ ਕੁੱਤੇ ਛੱਡਣ ਦੇ ਬਿਆਨ ਦਾ ਵੀ ਬਚਾਓ ਕਰਦਿਆਂ ਵੜਿੰਗ ਨੇ ਇਸ ਦੇ ਲਈ ਮੀਡੀਆ ਅਤੇ ਖਾਸ ਤੌਰ ਤੇ ਬਾਦਲਾਂ ਦੇ ਚੈਨਲ ਉੱਤੇ ਭਾਂਡਾ ਪਾ ਦਿੱਤਾ। ਕੀ ਕਹਿਣਾ ਸੀ ਰਾਜਾ ਵੜਿੰਗ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਮੈਂ ਕਿਹਾ ਜਦੋਂ ਤੁਸੀਂ ਆਓਗੇ ਪੰਜਾਬ, ਅਗਰ 20,000 ਵੋਟਾਂ ਦੇ ਫਰਕ ਨਾਲ ਜਿੱਤਦਾ ਤਾਂ ਤੁਹਾਨੂੰ ਚਾਹ, ਸਮੋਸੇ, ਗੁਲਾਬ ਜਾਮਨ ਮਿਲੇਗੀ, ਮੈਂ ਕਹਿ ਕੇ ਰੱਖੂੰਗਾ। ਔਰ ਇਨ ਬਿਟਵੀਨ ਇੱਕ ਨੀਚੇ ਮੇਰੇ ਸੱਜੇ ਹੱਥ ਇੱਕ ਬੰਦਾ ਬੈਠਾ ਸੀ, ਉਹ ਕਹਿੰਦਾ ਅਗਰ, ਹਾਂ ਰਿਕ ਸਿੰਘ, ਉਹ ਕਹਿੰਦਾ ਯਾਰ ਅਗਰ ਸ਼ਾਮੀ ਆਵਾਂਗੇ ਤਾਂ ਫਿਰ। ਮੈਂ ਕਿਹਾ ਅਫਕੋਰਸ ਜੇ ਸ਼ਾਮੀ ਆਉਂਗੇ ਤਾਂ ਖੰਘ ਵਾਲੀ ਦਵਾਈ ਮਿਲੇਗੀ।
ਗੁਰਗਰਾਮ ਪੁਲ ਦੀ ਉਸਾਰੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖਰੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤਹਿਤ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਇੱਕ ਨਾਟਕ ਖੇਡਿਆ ਗਿਆ ਅਤੇ ਰੇਲਵੇ ਅਫਸਰ ਦਾ ਕਿਰਦਾਰ ਨਿਭਾ ਰਹੇ ਕਲਾਕਾਰ ਨੂੰ ਚਵਨਪ੍ਰਾਸ਼, ਬਦਾਮ ਅਤੇ ਲੋਲੀਪੋਪ ਭੇਟ ਕੀਤੇ ਗਏ। ਇਹ ਅਨੋਖਾ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਜਿਸ ਪੁਲ ਨੂੰ 6 ਮਹੀਨੇ ਵਿੱਚ ਪੂਰਾ ਕੀਤਾ ਜਾਣਾ ਸੀ ਉਸਦਾ ਕੰਮ 2.5 ਸਾਲ ਗੁਜ਼ਰਨ ਦੇ ਬਾਅਦ ਵੀ ਅਧੂਰਾ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪੁਲ ਦੀ ਲਾਗਤ ਵੀ ਲਗਾਤਾਰ ਵੱਧ ਰਹੀ ਹੈ। ਇਸ ਨਾਟਕ ਰਾਹੀਂ ਉਹ ਰੇਲਵੇ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦਾ ਯਤਨ ਕਰ ਰਹੇ ਨੇ। ਸਰ, ਅਸੀਂ ਇੱਕ ਨਾਟਕ ਪੇਸ਼ ਕੀਤਾ ਸੀ ਕਿ ਰੇਲਵੇ ਡਿਪਾਰਟਮੈਂਟ ਸੁੱਤਾ ਹੋਇਆ ਵਾ, ਰੇਲਵੇ ਡਿਪਾਰਟਮੈਂਟ ਕਮਜ਼ੋਰ ਹੋ ਚੁੱਕਿਆ ਵਾ ਅਤੇ ਉਹਨਾਂ ਦੀ ਕਮਜ਼ੋਰੀ, ਉਹਨਾਂ ਦੀ ਨਾਕਾਮਯਾਬੀ ਸਾਰੀ ਜਨਤਾ ਦੇ ਸਾਹਮਣੇ ਲਿਆਉਣ ਵਾਸਤੇ ਅਸੀਂ ਇਸ ਨਾਟਕ ਨੂੰ ਪੇਸ਼ ਕੀਤਾ ਸੀ, ਤਾਂ ਕਿ ਸ਼ਾਇਦ ਉਮੀਦ ਹੈ ਕਿ ਸਾਡੀ ਗੱਲ ਸਰਕਾਰ ਤੱਕ, ਰੇਲਵੇ ਡਿਪਾਰਟਮੈਂਟ ਤੱਕ ਪਹੁੰਚੇਗੀ। ਕਪੂਰਥਲਾ ਦੇ ਪਿੰਡ ਲੱਖਣ ਕਲਾਂ ਵਿਖੇ ਨਸ਼ਾ ਵਿਰੋਧੀ ਮੰਚ ਦੇ ਮੈਂਬਰ ਹਰਪ੍ਰੀਤ ਸਿੰਘ ਅਤੇ ਉਸਦੇ ਰਿਸ਼ਤੇਦਾਰ ਕੁਲਜੀਤ ਸਿੰਘ ਦੀਆਂ ਲੱਤਾਂ ਤੇ ਗੋਲੀਆਂ ਮਾਰ ਉਹਨਾਂ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ ਗਿਆ। ਗੋਲੀਆਂ ਵਰਾਉਣ ਦਾ ਆਰੋਪ ਇੱਕ ਯੂਥ ਕਾਂਗਰਸੀ ਤੇ ਲਗਾਇਆ ਗਿਆ ਹੈ, ਜੋ ਇੱਕ ਟਰੱਕ ਡਰਾਈਵਰ ਨੂੰ ਸ਼ਰੇਆਮ ਨਸ਼ਾ ਵੇਚ ਰਿਹਾ ਸੀ। ਗੋਲੀਆਂ ਲੱਗਣ ਤੋਂ ਬਾਅਦ ਇਲਾਜ ਲਈ ਹਸਪਤਾਲ ਦਾਖਲ ਕਰਵਾਏ ਗਏ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦਾ ਵਿਰੋਧ ਕਰਦੇ ਆ ਰਹੇ ਨੇ। ਅੱਜ ਯੂਥ ਕਾਂਗਰਸ ਦੇ ਅਹੁਦੇਦਾਰ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸਨੇ ਜਾਨਲੇਵਾ ਹਮਲਾ ਕਰ ਦਿੱਤਾ। ਦੂਜੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲੱਖਣ ਕਲਾਂ ਪਿੰਡ ਦੇ ਵਿੱਚ ਲੜਾਈ ਹੋਈ ਆ, ਇਹ ਪੱਕੀ ਸੜਕ 'ਤੇ ਹੋਈ ਆ। ਉਹਨਾਂ ਦੇ ਕਹਿਣ ਮੁਤਾਬਕ ਹਲੇ ਪਿੰਡ ਤੋਂ ਅਸੀਂ ਪ੍ਰਾਇਮਰੀ ਇਨਕੁਆਇਰੀ ਕੀਤੀ ਆ ਵੀ ਇਹ ਮੋਟਰਸਾਈਕਲ 'ਤੇ ਜਾ ਰਿਹਾ ਸੀ, ਇਹਨਾਂ ਦੀ ਆਪਸ ਵਿੱਚ ਰਾਸਤੇ ਨੂੰ ਲੈਨ ਰੇਲ ਕ੍ਰੋਸ ਕਰਕੇ ਲੜਾਈ ਹੋਈ ਆ, ਜਿਹੜੇ 4 ਬੰਦੇ ਜ਼ਖਮੀ ਹੋਏ ਆ, 2 ਬੰਦਿਆਂ 'ਤੇ ਗੋਲੀ ਲੱਗੀ ਆ, 2 ਬੰਦੇ ਜਿਹੜੇ ਸੱਟਾਂ ਲੱਗੀਆਂ ਅਤੇ ਉਹਨਾਂ ਦੇ 4 ਬੰਦੇ ਦਾਖਲ ਆ। ਇਹਨਾਂ ਦਾ ਵੈਰੀਫਾਈ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ, ਲੀਗਲ ਕਾਰਵਾਈ ਕੀਤੀ ਜਾ ਰਹੀ ਆ। ਹੁਸ਼ਿਆਰਪੁਰ ਦੇ ਪਿੰਡ ਖੜਕਾ ਵਿੱਚ ਪਿੰਡ ਵਾਸੀਆਂ ਵੱਲੋਂ ਕੁਝ ਗਾਵਾਂ ਨੂੰ ਬੰਦੀ ਬਣਾ ਲਿਆ ਗਿਆ। ਜਦ ਇਸ ਬਾਰੇ ਬਜਰੰਗ ਦਲ ਨੂੰ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਗਾਵਾਂ ਨੂੰ ਛੁਡਵਾਇਆ ਗਿਆ। ਪਿੰਡ ਵਾਸੀਆਂ ਮੁਤਾਬਕ ਗਾਵਾਂ ਉਹਨਾਂ ਦੇ ਖੇਤ ਬਰਬਾਦ ਕਰਦੀਆਂ ਨੇ, ਜਿਸ ਕਾਰਨ ਉਹਨਾਂ ਨੂੰ ਅਜਿਹਾ ਕਰਨਾ ਪਿਆ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਗਾਵਾਂ ਨੂੰ ਆਜ਼ਾਦ ਕਰ ਗਊਸ਼ਾਲਾ ਵਿੱਚ ਭੇਜ ਦਿੱਤਾ। 200-400 ਕਿੱਲਾ ਸਾਡੇ ਜ਼ਮੀਨ 'ਤੇ ਇੰਨੀ ਇਹਨਾਂ ਨੇ ਮਤਲਬ ਨੁਕਸਾਨ ਕਰ ਦਿੱਤਾ ਕਿ ਲੋਕਾਂ ਨੂੰ ਬੀਜਣਾ ਹੀ ਬੰਦ ਕਰ ਦਿੱਤਾ। ਜਿਹੜੇ ਬੀਜਦੇ ਵੀ ਆ ਉੱਦਾਂ ਦੁਖੀ ਆ, ਉਹਨੂੰ ਰਾਤ ਦਿਨ ਬੈਠਣਾ ਨਹੀਂ ਮਿਲਦਾ। ਅਤੇ ਹੁਣ ਇਹਨਾਂ ਨੂੰ ਪ੍ਰਬੰਧ ਕੀਤਾ ਸੀ ਵੀ ਚਲੋ ਇਹਨੂੰ ਅੰਦਰ ਕਰਕੇ ਆਪਾਂ ਛੱਡਿਆ ਨਾ ਗਊਸ਼ਾਲਾ। ਗਊਸ਼ਾਲਾ ਵਾਲੇ 500 ਰੁਪਇਆ ਪਰ ਪਸ਼ੂ ਮੰਗਦੇ ਆ, ਉਹ ਕਾਹਦਾ ਮੰਗਦੇ ਸਾਨੂੰ ਤਾਂ ਇਹ ਨਹੀਂ ਪਤਾ। ਸਰਕਾਰ ਨੇ ਇੰਨਾ ਪੈਸਾ ਦਿੱਤਾ, ਕਦ ਲਈ ਦਿੱਤਾ ਉਹ ਗਊਸ਼ਾਲਾ ਵਾਸਤੇ? ਜਬ ਹਮਨੇ ਆਕਰ ਦੇਖਾ ਗੌ ਮਾਤਾ ਕੀ ਦੁਰਦਸ਼ਾ, ਪਾਣੀ ਵੀ ਨਹੀਂ ਪਿਲਾਇਆ ਹੁਆ, ਪੱਠੇ ਵੀ ਨਹੀਂ ਡਾਲੇ, ਜੋ ਹਮੇ ਸੂਚਨਾ ਮਿਲੀ ਥੀ ਬਿਲਕੁਲ ਸਹੀ ਨਿਕਲੀ ਵੋ ਸੂਚਨਾ। ਅਬ ਹਮ ਇਸਕੇ ਉੱਪਰ ਕਾਰਵਾਈ ਕਰੇਂਗੇ, ਅਗਰ ਪ੍ਰਸ਼ਾਸਨ ਮਾਨੇਗਾ ਠੀਕ ਹੈ, ਅਗਰ ਉਨ ਜਿਨ ਲੋਕੋਂ ਕੀ ਜੇ ਹਰਕਤ ਹੈ, ਅਗਰ ਉਨਕੇ ਉੱਪਰ ਕੋਈ ਕਾਰਵਾਈ ਹੋਤੀ ਹੈ, FIR ਵਗੈਰਾ ਦਰਜ ਹੋਤੀ ਹੈ, ਤਾਂ ਕਿ ਆਗੇ ਸੇ ਐਸਾ ਗਿਨੋਨਾ ਹਰਕਤ ਨਾ ਕਰ ਸਕੇ ਵੋ ਵਿਅਕਤੀ।